ਪਹਿਲਾਂ ਤੁਸੀਂ ਇਹ ਦੱਸੋ ਜੀ, ਅੱਜ ਟਰੱਕ ਲੈ ਕੇ ਆਏ ਹੋ, ਕੀ ਉਹਦੇ 'ਚ ਦਿੱਕਤ ਸੀ, ਕੀ ਪਰੇਸ਼ਾਨੀ ਸੀ ਅਤੇ ਕਿੰਨੇ ਕੁ ਟਾਈਮ 'ਚ ਇਹਨਾਂ ਨੇ ਸਹੀ ਕਰਤਾ? ਮੇਰਾ ਟਰੱਕ ਜੀ, ਉਹਦੀ ਅਲਾਈਨਮੈਂਟ ਸੀਗੀ, ਅਲਾਈਨਮੈਂਟ ਬਾਹਰੋਂ ਵੀ ਮੈਂ ਕਰਾਈ, ਨਹੀਂ ਸੈੱਟ ਆਇਆ, ਘੰਟਾ ਮੋਹਰਨ ਲੱਗਿਆ ਪਿੱਛੇ ਕਰਕੇ, ਕਰ ਕਰਾ ਕੇ 2-3 ਘੰਟੇ ਲੱਗੇ ਜੀ। ਠੀਕ ਹੈ, ਅਤੇ ਮੈਨੂੰ ਰੈਡੀ ਕਰਕੇ ਤਾਂ ਨਹੀਂ। ਅਤੇ ਜੇ ਤੁਸੀਂ ਸਰਵਿਸ ਕਰਾਉਂਦੇ ਹੋ ਇੱਥੇ, ਹੈ ਨਾ, ਜਿਵੇਂ ਦੱਸਿਆ ਵੀ ਆਪਾਂ ਜਦੋਂ ਐਂਟਰ ਹੁੰਦੇ ਹਾਂ ਇੱਥੇ, ਡਰਾਈਵਿੰਗ ਵੀ ਸਿਖਾਈ ਜਾਂਦੇ ਆ, ਯਾਰਡ ਵੀ ਹੈਗਾ, ਕੋਈ ਬੰਦਾ ਆਪਦਾ ਟਰੱਕ ਖੜਾ ਸਕਦਾ, ਕੋਈ ਚੋਰੀ ਚੱਪੇ ਦਾ ਡਰ ਨਹੀਂ, ਕੋਈ ਵਾਸਤਾ ਨਹੀਂ, ਹੈ ਨਾ, ਪੰਜਾਬੀ ਬੰਦੇ ਹੈਗੇ ਆ, ਨਾਲ ਵਾਧੂ ਬੰਦੇ ਰੱਖੇ ਹੈਗੇ ਆ, ਕੋਈ ਇਹ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਆਪਦਾ ਭਰਾਵਾਂ ਵਾਲਾ ਕੰਮ ਲੱਗਦਾ ਜੀ? ਕੋਈ ਦਿੱਕਤ ਨਹੀਂ, ਸਭ ਤੋਂ ਵੱਡੀ ਸਹੂਲਤ ਆ ਇਹ ਨਹੀਂ, ਮਤਲਬ ਚੌਂਕੀ ਦਾ ਮਤਲਬ ਸਿਕਿਉਰਟੀ ਗਾਰਡ ਰੱਖਿਆ ਆ, ਬਾਕੀ ਅੰਦਰ ਸਾਰੀਆਂ ਸਹੂਲਤਾਂ ਆ। ਤੁਸੀਂ ਸ਼ੋਪ 'ਤੇ ਆਉਂਦੇ ਆ, ਬ੍ਰੇਕ ਕਰਾ ਲਓ, ਤੇਲ ਚੇਂਜ ਕਰਦੇ ਆ, ਬਾਕੀ ਹੋਰ ਕਈ ਇਲੈਕਟ੍ਰੀਸ਼ਨ ਫਾਲਟ ਆ ਸਾਰੇ ਕਰਦੇ ਆ, ਅਤੇ ਬਾਕੀ ਇਹਨਾਂ ਦੀ ਬੋਲਬਾਣੀ ਸਭ ਕੁਛ ਡੀਲਿੰਗ ਵਧੀਆ ਆ, ਆਏ ਗਾਹਕ ਨਾਲ ਤਸੱਲੀ ਕਰਾਉਂਦੇ ਆ, ਅਤੇ ਹਰੇਕ ਤਰ੍ਹਾਂ ਇਹ ਜਾੜ ਖੁੱਲ੍ਹਾ ਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਅਦਰਵਾਈਜ਼ ਤੁਹਾਡਾ ਕੰਮ ਨਹੀਂ ਹੁੰਦਾ, ਤੁਸੀਂ ਟਰੱਕ ਛੱਡ ਜਾਂਦੇ ਆ, ਤੁਹਾਨੂੰ ਰੈਡੀ ਕਰਕੇ ਤੁਹਾਨੂੰ ਕਾਲ ਕਰਦੇ ਆ ਪਿਆ ਕੇ ਲੈ ਜਾਓ। ਸਭ ਤੋਂ ਵੱਡੀ ਸਹੂਲਤਾਂ ਆਮ ਤੁਸੀਂ ਮਕੈਨਿਕ 'ਤੇ ਚੱਲ ਜਾਓ, ਉੱਥੇ ਜਗ੍ਹਾ ਹੀ ਨਹੀਂ ਹੁੰਦੀ ਜੀ, ਤਾਂ ਉੱਥੇ ਫਿਰ 10-10 ਦਿਨ ਲਾਉਂਦੇ ਆ, ਇੱਥੇ ਕੋਈ ਵੇਟਿੰਗ ਨਹੀਂ, ਮਕੈਨਿਕ ਹੀ ਨਹੀਂ ਰੱਖਿਓ ਆ, ਜਦੋਂ ਮਰਜ਼ੀ ਆ ਤੁਸੀਂ ਕਹਿੰਦੇ ਆ ਮੈਨੂੰ ਅਰਜੈਂਟ ਤੌਰ 'ਤੇ ਚਾਹੀਦਾ, ਤੁਹਾਡੀ ਹੈਲਪ ਕਰਦੇ ਆ, ਤੁਹਾਨੂੰ ਜਿੰਨੀ ਛੇਤੀ ਹੋ ਸਕੇ ਤੋਰ ਦਿੰਦੇ ਆ ਵੀ ਲਓ ਭਾਅ ਜੀ ਤੁਸੀਂ ਜਾਓ ਜੀ। ਤਾਂ ਇੱਕ ਮੈਂ ਨਾ ਵੀ ਸੌਖ ਸਭ ਤੋਂ ਜ਼ਿਆਦਾ ਹੈਗੀ ਆ ਵੀ ਹਾਈਵੇ ਦੇ ਨਾਲ ਹੀ ਲੱਗਦਾ, ਸਾਹਮਣੇ ਹਾਈਵੇ ਦਿਖੀ ਜਾਂਦਾ ਅਤੇ ਨਾਲ ਦੀ ਨਾਲ ਬਾਹਲੀ ਦੂਰ ਨਹੀਂ ਜਾਣਾ ਪੈਂਦਾ, ਕਿਤੇ ਉੱਧਰ ਟਰੱਕ ਮਾਰੋ ਕਿਤੇ ਕਿੱਥੇ ਮਾਰੋ, ਨਾਲ ਦੀ ਨਾਲ ਇੱਥੇ ਆ ਜਾਂਦਾ ਬੰਦਾ, ਇਹ ਵੀ ਸੌਖਾ ਨਾ? ਸਭ ਤੋਂ ਵੱਡੀ ਸਹੂਲਤ ਇਹ ਆ ਜੀ ਹਾਈਵੇ ਦੇ ਨਾਲ ਆ, ਅਤੇ ਜੇ ਤੁਸੀਂ ਕਿਤੇ ਰੋਡ 'ਤੇ ਵੀ ਆ ਕੋਈ ਉਹਨੇ ਵੀ ਆ ਨਹੀਂ ਵੀ ਪਤਾ ਅਤੇ ਜਗ੍ਹਾ ਤੁਹਾਨੂੰ ਜਲਦੀ ਲੱਭ ਜਾਂਦੀ ਕਿਉਂ ਹਾਈਵੇ ਦੇ ਉੱਤੇ ਆ। ਦੂਜੀ ਸਹੂਲਤ ਇਹਨਾਂ ਨੂੰ ਇਹ ਆ ਵੀ ਜਦੋਂ ਤੁਸੀਂ ਲੱਭਦੇ ਆ ਟਾਈਮ ਲੱਗਦਾ, ਹਾਈਵੇ ਦੇ ਉੱਤੇ ਆ ਤੁਸੀਂ ਮਕੈਨਿਕ ਕੋਲ ਛੇਤੀ ਚਲੇ ਜਾਂਦੇ ਆ, ਕਈ ਵਾਰ ਮੰਨ ਲਓ ਟਾਇਰ ਹੀ ਖਰਾਬ ਹੁੰਦਾ ਆ, ਜੇ ਤੁਸੀਂ 10 ਮੀਲਾਂ ਚੱਲ ਗਿਆ ਤਾਂ ਉਹ ਟਾਇਰ ਖਤਮ, ਉਹਦਾ ਨਾਲ ਦਾ ਵੀ ਖਤਮ, ਅਦਰਵਾਈਜ਼ ਇੱਥੇ ਲੱਗ ਗਿਆ ਤੁਸੀਂ ਪਹੁੰਚ ਜਾਂਦੇ ਆ ਸ਼ੋਪ ਦੇ ਉੱਤੇ, ਤੁਹਾਡਾ ਟਾਇਰ ਅਗਲਾ ਵੀ ਬਚ ਜਾਂਦਾ, ਟਾਈਮ ਵੀ ਬਚ ਜਾਂਦਾ, ਅਤੇ ਤੁਸੀਂ ਵੀ ਖੁਸ਼ ਮਾਲਕ ਵੀ ਖੁਸ਼। ਮੈਂ ਕਹਿੰਦਾ ਜੀ ਜਿਹੜੇ ਤੁਹਾਡੇ ਟਰੱਕਰ ਵੀਰ ਤੁਹਾਡੇ ਨਾਲ ਦੇ ਹੈਗੇ, ਉਹਨਾਂ ਨੂੰ ਵੀ ਤੁਸੀਂ ਸੁਜੈਸਟ ਕਰੋ ਵੀ ਭਾਈ ਆਓ ਇੱਥੇ। ਮੈਂ ਤਾਂ ਜੀ ਆਪਣੇ ਟਰੱਕ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਥੇ ਕੰਮ ਕਰਾਓ, ਇਹਦੇ ਨਾਲ ਦਾ ਟਾਈਮ ਦੀ ਬੱਚਤ, ਇੱਦਾਂ ਦੀ ਹੋਰ ਸ਼ੋਪ ਤੁਹਾਨੂੰ ਨਹੀਂ ਮਿਲਣੀ, ਕਿਉਂ ਜਾੜ ਖੁੱਲ੍ਹਾ ਆ, ਜਿੱਥੇ ਮਰਜ਼ੀ ਤੁਸੀਂ ਖੜ੍ਹ ਸਕਦੇ ਆ, ਫਿਰ ਤੁਹਾਡੀ ਰਿਸਪੈਕਟ ਆ, ਤੁਸੀਂ ਕਿਤੇ ਲੰਚ ਕਰਨਾ ਆ, ਚਾਹ ਪਾਣੀ ਪੀਣਾ, ਤੁਹਾਡੀ ਰਿਸਪੈਕਟ ਕਰਦੇ ਆ, ਕਿਤੇ ਛੱਡ ਕੇ ਆਉਣਾ ਤਾਂ ਤੁਸੀਂ ਗੱਡੀ 'ਚ ਲੈ ਜਾਓ, ਹੋਰ ਆਪਾਂ ਨੂੰ ਕੀ ਆ ਸਪਾਟ ਲੈਣਾ ਹੈ ਨਹੀਂ ਗਾ, ਦੂਜੀ ਸ਼ੋਪ ਤੋਂ ਲਿਆਉਣਾ ਉਸੇ ਵੇਲੇ ਲਿਆ ਕੇ ਦਿੰਦੇ, ਚੱਕੋ ਵੀ, ਹੈ ਨਾ। ਆਪਾਂ ਤਾਂ ਮੈਂ ਆਪਣੇ ਭਰਾਵਾਂ ਨੂੰ ਕਹਿੰਦਾ ਭਰਾਵੋ ਇੱਥੇ ਕੰਮ ਕਰਾਓ ਤਸੱਲੀ ਨਾਲ।